स्वागत है पीटीसी न्यूज़ उत्ते। बहुत मेहरबानी जी पत्र साहब, तुहानू जगरूप साहब नूं तुहाडी पीटीसी न्यूज़ दी जिहड़ी टीम दे नाल इक दफा फिर इत्थे पंजाब दे विच राबता कायम होया, तुसीं इस नाचीज़ नूं इस काबिल समझा कि आपां विचार वटांदरा कर सकीए, तुहाडा बहुत बहुत तुहाडे प्यार दा धन्नवाद। ਕਿਹੜੇ ਐਸੇ ਮਸਲੇ ਤੁਹਾਨੂੰ ਲੱਗਦੇ ਨੇ ਕਿ ਜਿਹੜੇ ਹਾਲ ਤੱਕ NRIs ਦੇ ਹਾਲ ਤੱਕ ਹੱਲ ਹੀ ਨਹੀਂ ਹੋ ਸਕੇ, ਕਿਉਂਕਿ ਹਰ ਵਾਰ ਸਰਕਾਰ ਜਿਹੜੀ ਵੀ ਆਉਂਦੀ ਹੈ ਦਾਅਵੇ ਕਰਦੀ ਹੈ ਕਿ ਅਸੀਂ NRIs ਵਾਸਤੇ ਆਹ ਕਰ ਰਹੇ ਹਾਂ ਕਰ ਰਹੇ ਹਾਂ, ਔਰ ਮਸਲੇ ਉੱਥੇ ਦੇ ਉੱਥੇ ਖੜੇ ਨੇ, ਕੀ ਕੁਝ ਡਿਸਕਸ ਹੋਇਆ ਮੀਟਿੰਗ 'ਚ? ਦੇਖੋ, ਜਿੱਥੇ ਤੱਕ NRIs ਦੀ ਗੱਲ ਆ, ਸਾਡੀ ਜਿਹੜੀ ਦਿਲੀ ਤਾਂਗ ਇਹ ਹੁੰਦੀ ਆ ਵੀ ਇੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤਰੱਕੀ ਹੋਵੇ ਤਾਂ ਅਮਨ ਸ਼ਾਂਤੀ ਹੋਵੇ, ਪਰ ਉਸ ਦੇ ਨਾਲ ਨਾਲ ਕੁਛ ਜਿਹੜਾ ਸਾਡਾ ਵੀ ਸਾਡੇ ਤੋਂ ਖੋਹ ਨਾ ਹੋ ਜਾਵੇ। ਉਹਦੇ ਵਿੱਚ ਜਿਹੜੇ ਪ੍ਰਮੁੱਖ ਮਸਲੇ ਜਿਵੇਂ ਕਿ ਜ਼ਮੀਨਾਂ ਦੇ ਝਗੜਿਆਂ ਦੇ ਮਸਲੇ, ਉਹ ਜਿਵੇਂ ਤੁਸੀਂ ਗੱਲ ਸਹੀ ਆਖੀ ਆ, ਕਈ ਸਾਲਾਂ ਤੋਂ ਜਿਹੜਾ ਇਹ ਸਿਲਸਿਲਾ ਆ ਇਹ ਜਾਰੀ ਆ। ਮੈਂ ਜਦੋਂ ਪਹਿਲੀ ਦਫਾ ਵੀ ਇੱਥੇ ਚੋਣ ਹੋਇਆ ਸੀ 2017 ਦੇ ਵਿੱਚ, ਉਦੋਂ ਵੀ ਇਹ ਇੱਕ ਮੁੱਖ ਮਸਲਿਆਂ ਦੇ ਵਿੱਚ ਸੀਗਾ। ਸੋ NRIs ਨੂੰ ਬਹੁਤ ਇਸ ਗੱਲ ਦਾ ਦੁੱਖ ਹੁੰਦਾ ਆ ਜਦੋਂ ਉਹਨਾਂ ਦੇ ਜ਼ਮੀਨਾਂ 'ਤੇ ਕੋਈ ਕਬਜ਼ਾ ਕਰ ਲੈਂਦਾ ਜਾਂ ਕੋਈ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਹੀ ਤਰੀਕੇ ਨਾਲ ਇਨਸਾਫ ਨਹੀਂ ਮਿਲਦਾ। ਸੋ ਇਹ ਮੰਗਾਂ ਮੁੱਖ ਮੰਤਰੀ ਸਾਹਿਬ ਤੱਕ ਲਿਆਉਣੀਆਂ ਬਹੁਤ ਜ਼ਰੂਰੀ ਸੀ ਕਿ ਉਹਨਾਂ ਲੋਕਾਂ ਨੂੰ ਇਨਸਾਫ ਮਿਲੇ ਜਿਹੜੇ NRI ਬਾਹਰ ਬੈਠੇ ਨੇ। ਤੁਸੀਂ ਲਗਭਗ 2 ਸਾਲਾਂ ਤੋਂ ਬਾਅਦ ਜਿਹੜਾ ਆ ਪੰਜਾਬ ਦੌਰੇ 'ਤੇ ਹੈਗੇ ਹੋ, ਤੁਹਾਡਾ ਜਗ੍ਹਾ ਜਗ੍ਹਾ ਸਵਾਗਤ ਵੀ ਹੋਇਆ ਹੋਣਾ ਔਰ ਹੋ ਵੀ ਰਿਹਾ ਜਿੱਥੇ ਜਿੱਥੇ ਤੁਸੀਂ ਜਾ ਰਹੇ ਹੋ, ਪਰ ਕੁਝ ਲੋਕਾਂ ਨੂੰ ਤੁਹਾਡਾ ਦੌਰਾ ਬੜਾ ਚੁੱਭ ਰਿਹਾ, ਉਹ ਸ਼ਿਕਾਇਤਾਂ ਕਰ ਰਿਹਾ ਕਿ ਇਹ ਉਲੰਘਣਾ ਕਰ ਰਹੇ ਨੇ ਸਾਡੇ ਨਿਯਮਾਂ ਦੀ, ਇਹਨਾਂ ਦੇ ਕੁਝ ਅਜਿਹੀਆਂ ਸੰਸਥਾਵਾਂ ਨਾਲ ਸੰਬੰਧ ਨੇ ਜਿਹੜੇ ਭਾਰਤ ਵਾਸਤੇ ਖਤਰਨਾਕ ਨੇ। ਉਹਨਾਂ ਲੋਕਾਂ ਨੂੰ ਕੀ ਜਵਾਬ ਕਰ ਰਿਹਾ ਜੀ? ਭਾਜਪਾ ਵਾਲੇ ਸਿੱਧਾ ਸਿੱਧਾ ਤੁਹਾਡੇ 'ਤੇ ਚਿੱਠੀਆਂ ਲਿਖ ਰਹੇ ਨੇ, ਤੁਹਾਡੇ ਖਿਲਾਫ਼ DGP ਨੂੰ ਚਿੱਠੀਆਂ ਲਿਖ ਰਹੇ ਨੇ ਕਿ ਇਹ ਜਿਹੜਾ ਇਹਨਾਂ ਦਾ OCI ਕਾਰਡ ਰੱਦ ਕੀਤਾ ਜਾਵੇ, ਇਹਨਾਂ ਦੇ ਰੈਫਰੈਂਡਮ 2020 ਨਾਲ ਸਿੱਧੇ ਸੰਬੰਧ ਹੈਗੇ ਨੇ। ਹੁਣ ਮੈਂ ਸਿੱਧੇ ਸ਼ਬਦਾਂ 'ਚ ਕਹਿ ਦਿੰਦਾ, ਦੇਖੋ ਇਹ ਤਾਂ ਲਿਖੋ, ਜੇ ਕੋਈ ਇਹੋ ਜਿਹੀ ਕਾਰਵਾਈ ਕਰ ਰਿਹਾ ਆ ਤਾਂ ਚਲੋ ਜੱਗ ਤਾਂ ਕਿਸੇ ਨੇ ਜਿੱਤ ਨਹੀਂ ਲਿਆ, ਪਰ ਇੱਕ ਗੱਲ ਮੈਂ PTC ਦੇ ਨਿਊਜ਼ ਦੇ ਦਰਸ਼ਕਾਂ ਨੂੰ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਬੰਦਾ ਨੇਕ ਨੀਤ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੀ ਸੇਵਾ ਨਿਭਾ ਰਿਹਾ, ਮਨੁੱਖੀ ਅਧਿਕਾਰਾਂ ਲਈ ਪਹਿਲਾਂ ਵੀ ਖੜਾ ਸੀ ਤਾਂ ਅੱਗੇ ਤੋਂ ਵੀ ਖੜਾ ਰਹੂਗਾ। ਕਈ ਵਿਅਕਤੀ ਜਿਹੜੇ ਸ਼ਰਾਰਤੀ ਹੁੰਦੇ ਨੇ ਉਹ ਸਮੇਂ ਸਮੇਂ 'ਤੇ ਮੇਰੇ ਵਰਗਿਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਇਹ ਜਦੋਂ ਸ਼ੁਰੂ ਤੋਂ ਹੀ ਇਹ ਕੰਮ ਕਾਰਵਾਈਆਂ ਹੋ ਰਹੀਆਂ, ਉਹ ਮੈਂ ਤੁਹਾਨੂੰ ਉਦਾਹਰਣ ਦਿੰਦਾ, 2019 ਦੀ ਵੀ ਜੋ ਚੋਣ ਸੀਗੀ, ਮੈਂ ਦੂਜੀ ਵਾਰੀ ਉੱਥੇ ਸਲੋਹ ਦੇ ਵਿੱਚ ਖੜਾ ਹੋਇਆ, ਉਦੋਂ ਵੀ ਕਈ ਵਿਅਕਤੀਆਂ ਨੇ ਜ਼ੋਰਦਾਰ ਜਿਹੜਾ ਪ੍ਰਦਰਸ਼ਨ ਕੀਤਾ, ਕੁਝ ਹੈਗੇ ਭਾਵਾਂ ਚੋਣਵੇਂ ਸੀ, ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ ਕਿਹਾ ਵੀ ਇਹ ਐਂਟੀ ਇੰਡੀਆ ਆ, ਇੰਡੀਆ ਦੇ ਲੋਕ ਤੁਸੀਂ ਜਿਹੜੇ ਇੰਡੀਆ ਦੇ ਨਾਲ ਸੰਬੰਧ ਰੱਖਦੇ ਆ ਤੁਸੀਂ ਨਾ ਪਾਓ, ਕਿਉਂਕਿ ਜਿਹੜਾ ਮੇਰਾ ਹਲਕਾ ਆ ਦੁਨੀਆ ਭਰ 'ਚੋਂ ਆਏ ਵਿਅਕਤੀ ਨੇ ਉੱਥੇ, ਪਰ ਉੱਥੇ 17% ਸੋ 17% ਜਿਹੜੇ ਲੋਕ ਨੇ 17% ਉਹ ਇੰਡੀਆ ਦੇ ਨਾਲ ਤਾਲੁਕ ਰੱਖਦੇ ਨੇ, ਵੀ ਉੱਥੋਂ ਉਹਨਾਂ ਦੇ ਬਜ਼ੁਰਗ ਉੱਥੋਂ ਆਏ ਸੀ, ਅਤੇ ਸਾਰਾ ਤਕਰੀਬਨ 18% ਪਾਕਿਸਤਾਨੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਪਾਕਿਸਤਾਨ ਆ ਭਾਈ, ਸੋ ਇਹ 35% ਸਿਰਫ ਇੰਡੀਆ ਅਤੇ ਪਾਕਿਸਤਾਨ ਦੇ ਨਾਲ ਸੰਬੰਧ ਰੱਖਦੇ ਨੇ। ਅਤੇ ਜਦੋਂ ਮੈਂ ਪਹਿਲੀ ਦਫਾ ਜੋ ਚੋਣ ਹੋਣ ਵਾਲਾ ਸੀ ਉਦੋਂ ਕਈ ਜਿਹੜੇ ਪਾਕਿਸਤਾਨ ਦੇ ਵਿੱਚ ਸੀ ਉਹਨਾਂ ਨੇ ਇਹ ਰੌਲਾ ਪਾਇਆ ਹੋਇਆ ਸੀਗਾ ਵੀ ਇਸ ਵਿਅਕਤੀ ਨੂੰ ਵੋਟ ਨਾ ਪਾਓ, ਇਹ ਪ੍ਰੋ ਇੰਡੀਆ ਆ, ਇਹਨੇ ਵੀ ਪਾਕਿਸਤਾਨ ਦੇ ਖਿਲਾਫ਼ ਗੱਲਾਂ ਕਰਨੀਆਂ, ਆਹ ਹੋ ਜਾਣਾ ਉਹ ਹੋ ਜਾਣਾ ਆ, ਇਹ ਵੀ ਸਮੇਂ ਸਮੇਂ 'ਤੇ ਚੱਲਦਾ ਆ। ਅਤੇ ਕੁਛ ਵਿਅਕਤੀ ਉਹ ਉਲਟਾ ਚੱਕਰ ਆ, ਇੰਡੀਆ 'ਚ ਕਈ ਵਿਅਕਤੀ ਇੱਦਾਂ ਦੇ ਨੇ ਉਹ ਸ਼ਰਾਰਤੀ ਅਨਸਰ, ਉਹਨਾਂ ਨੇ ਵਾਰ ਵਾਰ ਇਹ ਕਹੀ ਜਾਣਾ ਵੀ ਇਹ ਇੰਡੀਆ ਖਿਲਾਫ਼ ਆ ਜੀ, ਇਹ ਵੱਖਵਾਦੀ, ਇਹ ਅੱਤਵਾਦੀ, ਫਲਾਣਾ ਧਮਕੜਾ। ਚਲੋ, ਪਰ ਇਹ ਜਿਹੜੀਆਂ ਸਾਜ਼ਿਸ਼ਾਂ ਦੇ ਬਾਵਜੂਦ ਵੀ, ਸਾਜ਼ਿਸ਼ਾਂ ਕਈ ਵਾਰੀ ਬਹੁਤ ਡੂੰਘੀਆਂ ਹੁੰਦੀਆਂ, ਇਹ ਪਤਾ ਨਹੀਂ ਹੁੰਦਾ ਵੀ ਕਿਹੜੀ ਏਜੰਸੀ ਕਿੱਦਾਂ ਆ। ਦੋ ਦੇਖੋ ਇੱਥੇ ਸਿੱਖ MP ਸੀ, ਸਾਡੇ ਦੋਨਾਂ 'ਤੇ ਤਾਬੜਤੋੜ ਹਮਲੇ ਹੋਏ, ਪਰ ਮੈਂ ਸਲੋਹ ਦੇ ਜਿਹੜੇ ਆਪਣੇ ਹਲਕਾ ਨਿਵਾਸੀਆਂ ਦਾ ਦੇਣਾ ਨਹੀਂ ਦੇ ਸਕਦਾ, ਉਹਨਾਂ ਨੇ ਪਹਿਲਾਂ ਵੀ ਰਿਕਾਰਡ ਤੋੜ ਜਿੱਤੋਂ ਜਿਤਾ ਗਿਆ, 2019 'ਚ ਵੀ ਸ਼ਾਨਦਾਰ ਜਿੱਤ ਜਿਹੜੀ ਆਪਾਂ ਨੂੰ ਹਾਸਿਲ ਹੋਈ, ਉਹ ਉਹਨਾਂ ਦਾ ਪਿਆਰ, ਉਹਨਾਂ ਦਾ ਜਿਹੜਾ ਇਤਫਾਕ ਸੀ, ਉਹਨਾਂ ਨੇ ਇਹ ਗੱਲਾਂ ਸਾਰੀਆਂ ਨਜ਼ਰਅੰਦਾਜ਼ ਕੀਤੀਆਂ ਅਤੇ ਧੜਾਧੜ ਵੋਟਾਂ ਪਾਈਆਂ। TC ਸਾਹਿਬ ਨੇ ਆਖਿਆ ਕਿ ਚਾਹੇ ਉਹ NRIs ਦੇ ਮਸਲੇ ਹੈਗੇ ਆ, ਚਾਹੇ ਉਹ ਫਲਾਈਟਸ ਦੇ ਮਸਲੇ ਹੈਗੇ ਆ, ਚਾਹੇ ਦੋਵੇਂ ਮੁਲਕਾਂ ਦੇ ਵਿਚਕਾਰ ਅਮਨ ਸ਼ਾਂਤੀ ਸਦਭਾਵਨਾ ਦੇ ਮਾਹੌਲ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ, ਇਸ ਨੂੰ ਲੈ ਕੇ ਇਹਨਾਂ ਦਾ ਇਹ ਜਿਹੜਾ ਦੌਰਾ ਰਿਹਾ ਹੈਗਾ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਾ ਸਿੰਘ ਸੀ PTC ਨਿਊਜ਼।